ਕਲੀ ਦੀ ਗੱਲ ਆ ਗਈ ਤੇ ਹੋਰ ਗੱਲ ਐਵੇਂ। ਬੋਲੋ ਬੋਲੋ ਯਾਰ, ਮਤ ਕੁਛ ਸਮਝੇ ਸੀ ਅਲੀ। ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਨੂੰ ਫਰਮਾਉਂਦੇ ਨੇ, ਮੈਂ ਘਰ ਆਇਆ ਤੇ 3 ਦਿਨਾਂ ਦੀ ਮੈਨੂੰ ਭੁੱਖ ਲੱਗੀ ਹੋਈ ਆ, ਮੁਸ਼ਕਿਲ ਕੁਸ਼ਾ ਨੂੰ ਭੁੱਖ ਲੱਗੀ ਹੋਈ। ਹਾਏ ਹਾਏ, ਫਾਤਮਾ ਕੁਝ ਹੈ, ਫਾਤਮਾ ਕੁਝ ਹੈ ਖਾਣ ਨੂੰ? ਫਰਮਾਇਆ 3 ਦਿਨ ਹੋ ਗਏ ਨੇ ਸਾਡੇ ਚੁੱਲ੍ਹੇ 'ਚ ਅੱਗ ਨਹੀਂ ਜਲੀ। ਖੁਦਾ ਦੀ ਕਸਮ, ਐਸੀ ਤੇ ਇਫਤਾਰੀ ਵੇਲੇ ਚੰਗੇ ਭਲੀ ਖੁਰਾਣੀ ਭਰੀ ਹੁੰਦੀ ਤੇ ਮੁੜੀਆਂ ਨੇ ਅੱਜ ਪਕੌੜੇ ਕਹੀ ਨੇ, ਯਾਨੀ ਸਾਡਾ ਫਿਰ ਵੀ ਦਿਲ ਸਭ ਕੁਛ ਪਿਆ ਤੇ ਹੋਰ ਚੀਜ਼ ਵੀ ਜਿਹੜੀ ਪੈਪਸੀ ਖਾਈ ਨੀ ਬੱਲੇ ਦੇ ਬੰਦੇ, ਇਹ ਤਾਂ ਖਾ ਜਿਹਦੇ ਨਾਂ ਲੈਣੇ ਉਹਨਾਂ ਦੇ ਘਰ ਵੇਖ। ਹਾਏ ਹਾਏ, ਅੱਛਾ ਹਜ਼ਰਤ ਅਲੀ ਫਰਮਾਨੇ, ਅੱਛਾ ਮੈਂ ਕੁਝ ਕਰਨਾ। ਬਾਹਰ ਨਿਕਲਿਆ ਅਲੀ, ਤੱਲਾ ਕੋਸ਼ਿਸ਼ ਕੀਤੀ, 1 ਦਿਨਾਰ ਕਿਸੇ ਕੋਲੋਂ ਕਰਜ਼ ਲਿਆ ਕਿ ਯਾਰ ਮੇਰੇ ਹਸਨ ਤੇ ਹੁਸੈਨ ਭੁੱਖੇ ਬੈਠੇ, 1 ਦਿਨਾਰ ਕਰਜ਼ ਦੇ ਦੇ ਮੈਂ ਵਾਪਸ ਕਰ ਦਿਆਂ। ਉਸ ਬੰਦੇ ਕਰਜ਼ ਦਿੱਤਾ, ਬਾਜ਼ਾਰ ਜਾ ਰਹੇ ਹਨ, ਹਜ਼ਰਤ ਮਿਕਦਾਦ ਰਜ਼ੀ ਅੱਲਾਹ ਤਾਲਾ ਅਨਹੁ ਹਜ਼ੂਰ ਦਾ ਇੱਕ ਸਾਹਬੀ ਆ ਰਿਹਾ, ਬੁੱਕ ਤੋਂ ਕਮਰ ਝੁਕੀ ਹੋਈ, ਰੰਗ ਸਿਆਹ ਹੈ। ਹਜ਼ਰਤ ਅਲੀ ਨੇ ਵੇਖਿਆ ਤੇ ਫਰਮਾਇਆ, ਅਲੀ ਚਿਹਰੇ ਸਨਾਸ ਬੜਾ, ਮਿਕਦਾਦ ਕਿਤੇ? ਮਿਕਦਾਦ ਕਿਤੇ? ਅੱਕੇ ਜੀ ਅਲੀ ਬਸ ਛੋੜ ਇਸ ਗੱਲ ਨੂੰ, ਤੂੰ ਆਪਣੀ ਰਾਹ ਲੈ ਮੈਨੂੰ। ਫਰਮਾਇਆ ਨਹੀਂ ਨਹੀਂ, ਤੇਰਾ ਚਿਹਰਾ ਦੱਸ ਰਿਹਾ ਕੋਈ ਪਰੇਸ਼ਾਨੀ। ਫਰਮਾਇਆ 10 ਦਿਨ ਹੋ ਗਏ ਨੇ ਮੇਰੇ ਚੁੱਲ੍ਹੇ ਜੱਗ ਨਹੀਂ ਜਲੀ, ਛੋਟੇ ਛੋਟੇ ਬੱਚੇ ਰੋਟੀ ਦਾ ਮੁਤਾਲਬਾ ਕਰਦੇ ਨੇ, ਖਜੂਰ ਦੀ ਗੁੱਠਲੀ ਵੀ ਕੋਈ। ਹਜ਼ਰਤ ਅਲੀ ਨੇ ਆਪਣੀ ਜੇਬ ਚੋਂ 1 ਦਿਨਾਰ ਕੱਢਿਆ, ਆਖੋ ਵਾਹ ਅਲੀ, 1 ਦਿਨਾਰ ਕੱਢ ਕੇ ਆਖਿਆ, ਤੂੰ ਲੈ ਜਾ ਸਾਡਾ ਅੱਲਾ ਵਾਰਿਸ ਹੈ। ਹਜ਼ਰਤ ਮਿਕਦਾਦ ਰੋ ਕੇ ਕਹਿੰਦੇ, ਅਲੀ ਮੈਨੂੰ ਤੇਰੇ ਘਰ ਦੀ ਪੋਜੀਸ਼ਨ ਦਾ ਵੀ ਪਤਾ ਹੈ, ਇਸ ਵਾਸਤੇ ਮਿਹਰਬਾਨੀ ਕਰ, ਤੇਰਾ ਹਸਨ ਵੀ ਰੋਟੀ ਦੀ ਇੰਤਜ਼ਾਰ ਚ ਹੋਏਗਾ, ਤੇਰਾ ਹੁਸੈਨ ਵੀ ਰੋਟੀ ਦੀ ਇੰਤਜ਼ਾਰ ਚ ਹੋਏਗਾ, ਤੇਰੀ ਜ਼ੈਨਬ ਵੀ ਰੋਟੀ ਦੀ ਇੰਤਜ਼ਾਰ ਚ ਹੋਏਗੀ। ਮੈਂ ਸਬਰ ਸਾਡੇ ਘਰ ਦਾ ਵਿਰਸਾ ਹੈ, ਤੂੰ ਲੈ ਜਾ। ਹਜ਼ਰਤ ਮਿਕਦਾਦ ਕਹਿੰਦੇ, ਮੈਂ ਨਹੀਂ ਲੈਣਾ। ਹਜ਼ਰਤ ਅਲੀ ਕਹਿੰਦੇ, ਜੇ ਤੂੰ ਦਿਨਾਰ ਨਾ ਲਿਆ ਤੇ ਮੈਂ ਨਾਰਾਜ਼ ਹੋ ਜਾਵਾਂਗਾ। ਆਖਿਰਕਾਰ ਜ਼ਬਰਦਸਤੀ ਮਿਕਦਾਦ ਨੂੰ ਦੇ ਕੇ ਦਿਨਾਰ ਆਪ ਮਸੀਤੇ ਟੁਰ ਗਏ ਨੇ। ਹਜ਼ੂਰ ਨਮਾਜ਼ ਪੜਾ ਰਹੇ ਸਨ, ਹਜ਼ਰਤ ਅਲੀ ਨੇ ਹਜ਼ੂਰ ਦੇ ਪਿੱਛੇ ਨਮਾਜ਼ ਪੜ੍ਹੀ ਹੈ, ਹਜ਼ੂਰ ਨੇ ਸਲਾਮ ਫੇਰਿਆ ਹੈ, ਹਜ਼ੂਰ ਫਰਮਾਨੇ ਅਲੀ ਮੇਰੇ ਕੋਲ ਆ ਜਾ। ਹਜ਼ਰਤ ਅਲੀ ਹਜ਼ੂਰ ਦੇ ਕੋਲ ਹੋ ਗਏ। ਓਏ ਖੁਦਾਰਾ ਤਵੱਜੋ ਮੇਰੀ ਗੱਲ ਗੌਰ ਨਾਲ ਸੁਣ ਲਾ। ਹਜ਼ੂਰ ਪੁੱਛਦੇ ਨੇ, ਅਲੀ ਮੈਂ ਮੁਹੰਮਦ ਨੂੰ ਭੁੱਖ ਲੱਗੀ ਏ, ਤੇਰੇ ਘਰ ਕੋਈ ਖਾਣ ਪੀਣ ਦਾ ਸਮਾਨ ਹੋਵੇ ਤੇ ਮੈਨੂੰ ਆਪਣੇ ਘਰ ਲੈ ਚੱਲ। ਹਜ਼ਰਤ ਅਲੀ ਫਰਮਾਉਂਦੇ ਨੇ, ਮੇਰੇ ਕਦਮਾਂ ਵਿੱਚੋਂ ਜ਼ਮੀਨ ਨਿਕਲ ਗਈ, ਹਾਂ ਕਰਾਂ ਤਾਂ ਗੁਜ਼ਾਰਾ ਨਹੀਂ ਹੁੰਦਾ, ਨਾ ਕਰਾਂ ਤਾਂ ਗੁਜ਼ਾਰਾ ਨਹੀਂ ਹੁੰਦਾ। ਹਜ਼ਰਤ ਅਲੀ ਕਹਿੰਦੇ, ਮੈਂ ਹੌਸਲਾ ਕੀਤਾ, ਮੈਂ ਕਿਹਾ ਸੋਹਣਿਆ ਚੱਲੋ, ਜਿਹੜਾ ਕਿਸਮਤ ਵਿੱਚ ਹੋਇਆ ਲੱਭ ਜਾਏਗਾ, ਜੋ ਵੀ ਕਿਸਮਤ ਵਿੱਚ ਹੋਇਆ ਲੱਭ ਜਾਏਗਾ। ਆਗਾ ਮਸਜਿਦ ਤੋਂ ਬਾਹਰ ਆਏ ਨੇ, ਹਜ਼ਰਤ ਅਲੀ ਪਿੱਛੇ ਪਿੱਛੇ ਨੇ। ਹਜ਼ਰਤ ਅਲੀ ਕਹਿੰਦੇ ਨੇ, ਮੇਰਾ ਦਿਲ ਧੱਕ ਧੱਕ ਕਰ ਰਿਹਾ ਸੀ, ਅੱਖਾਂ ਚੋਂ ਆਂਸੂ ਸਨ, ਇੱਕੋ ਆਇਆ ਜ਼ਬਾਨ ਤੇ ਸੀ, ਅਮੈ ਉਜੀਬੁਲ ਮੁਜ਼ਤਰਰਾ, ਅਮੈ ਉਜੀਬੁਲ ਮੁਜ਼ਤਰਰਾ ਇਦਾਦਾਹੁ। ਪਰੇਸ਼ਾਨਾਂ ਦੀਆਂ ਸੁਣਨ ਵਾਲਿਆ, ਮੁਸਤਰ ਦੀਆਂ ਸੁਣਨ ਵਾਲਿਆ, ਅੱਲਾ ਅੱਜ ਅਲੀ ਦੇ ਕੱਖ ਰੱਖ ਲੈ, ਕਿਉਂਕਿ ਗੱਲ ਅਲੀ ਦੀ ਨਹੀਂ, ਗੱਲ ਨਬੀ ਦੀ ਥੀ। ਅੱਲਾ ਅੱਜ ਮੇਰੇ ਕੱਖ ਰੱਖ ਲੈ, ਮੇਰੇ ਤੇ ਚੁੱਲ੍ਹੇ ਵਿੱਚ ਅੱਗ ਵੀ ਨਹੀਂ ਜਲੀ, ਮੇਰੇ ਘਰ ਤੇ ਖਜੂਰ ਦਾ ਦਾਣਾ ਵੀ ਮੌਜੂਦ ਨਹੀਂ ਹੈ, ਤੇ ਸਾਡੇ ਘਰ ਉਹ ਮਹਿਮਾਨ ਬਣ ਕੇ ਆ ਰਿਹਾ ਹੈ ਜਿਹੜਾ ਤੇਰੇ ਕੋਲ ਅਰਸ਼ਾਂ ਤੇ ਸੈਰ ਤੇ ਆਇਆ ਸੀ, ਜਿਹਦੀ ਖਾਤਰ ਤੂੰ ਸਾਰੀ ਕਾਇਨਾਤ ਦਾ ਨਿਜ਼ਾਮ ਬਣਾਇਆ ਹੈ, ਅੱਜ ਉਹ ਮਹਿਮਾਨ ਆ ਰਿਹਾ ਹੈ। ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਗਏ ਸੈਯਦਾ ਫਾਤਮਾ ਦੇ ਘਰ, ਦੇਖਿਆ ਤਈਬਾ ਤਾਹਿਰਾ ਆਬਿਦਾ ਸਾਜਦਾ ਕਾਇਮਾ ਸਾਇਮਾ ਬਤੂਲ ਪਾਤਮਾ ਜਿਗਰ ਗੋਸ਼ਾ ਰਸੂਲ ਪਾਤਮਾ ਜੈਨਬ ਰੁਕਯੋਮੇ ਕੁਰਸੂਮ ਦੀ ਹਮਸ਼ੀਰ ਪਾਤਮਾ ਮਸੱਲੇ ਤੇ ਸਰ ਸਜਦੇ ਵਿੱਚ ਰੱਖ ਕੇ ਕਹਿੰਦੀਆਂ ਨੇ, ਯਾ ਅੱਲਾ ਜੇ ਤੂੰ ਭੁੱਖਾ ਰੱਖ ਕੇ ਰਾਜ਼ੀ ਹੈ ਸਾ ਭੁੱਖੇ ਰਹਿ ਕੇ ਜਾ ਕੇ ਬੈਠ ਗਏ। ਜਦੋਂ ਜਾ ਕੇ ਬੈਠ ਗਏ ਤੇ ਫਾਤਮਾ ਨੇ ਸਲਾਮ ਫੇਰਿਆ ਤੇ ਹਜ਼ੂਰ ਫਰਮਾਨੇ, ਬੇਟੀ ਜਲਦੀ ਦਸਤਰਖਾਨ ਰੱਖ, ਬੜੀ ਭੁੱਖ ਲੱਗੀ। ਸੈਯਦਾ ਫਾਤਮਾ ਨੇ ਇੰਜ ਕਰਕੇ ਸਵਾਲੀਆ ਨਜ਼ਰਾਂ ਨਾਲ ਅਲੀ ਵੱਲ ਵੇਖਿਆ, ਕੀ ਕੀਤਾ ਈ
مارے گئے جے نبی خالی گیا حضرت علی دسترخان لیا کے بچھا دین دینے تے زبان تے اوہ آیت امن یجیب المضطر اللہ سے سب کچھ ہونے کا یقین سیدہ فاطمہ فرماندی میں اٹھی ہوں میں ہمیں بھانڈے کھڑکاون دی نیت نہ اٹھی پئی بے حضور فرمان بھی کچھ نہ کچھ کر دی پئی ہے جا کے ویکھیا تے جس پرات وچ میں آٹا گوندی سی ایسا کھانا خوشبودار موجود سی جڑا زندگی چ میں فاطمہ پہلے نہیں ویکھیا چاہ کے فاطمہ نے دسترخوان تے رکھیا تے حضرت علی این کر کے فاطمہ ول ویکھن تے ایویں اشارہ پہ کر دے جڑا میرے ول ویکھے کوئی سمجھ آئے گی این کر کے اشارہ کیتا تے سیدہ فاطمہ نے چپ کر کے آکھیا تینی دیر نو حضور نے لقمہ توڑ کے منہ نہ لایا تے جبری